सीएम भगवंत मान ने चरणजीत सिंह चन्नी के खिलाफ एक वड्डा दावा किया। सीएम भगवंत मान का यह साफ कहना सी कि चरणजीत सिंह चन्नी ने एक क्रिकेटर के कोलों 2 करोड़ की रिश्वत मंगी हुई है और उस रिश्वत के चलते यह मामला जिहड़ा सारा ਭਖਿਆ ਸੀ ਅਤੇ ਮਾਮਲਾ ਭਖਣ ਤੋਂ ਬਾਅਦ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦੇ ਕੋਲ ਜਾਂਦੇ ਨੇ, ਸਵਾਲ ਜਵਾਬ ਹੁੰਦੇ ਨੇ, ਪਰ ਇੱਕ ਆਰ ਟੀ ਆਈ ਐਕਟਿਵਿਸਟ ਮਾਨਿਕ ਗੋਇਲ ਨੇ ਇੱਕ ਐਸਾ ਖੁਲਾਸਾ ਕਰ ਦਿੱਤਾ ਜਿਸ ਦੇ ਵਿੱਚ ਹੁਣ ਇਸ ਮਾਮਲੇ ਨੂੰ ਲੈ ਕੇ ਨਵੀਂ ਗੁੱਥੀ ਬਣ ਗਈ ਹੈ। ਆਰ ਟੀ ਆਈ ਪਾਈ ਗਈ, ਆਰ ਟੀ ਆਈ ਦੇ ਵਿੱਚ ਇਸ ਮਾਮਲੇ ਸੰਬੰਧੀ ਜਾਣਕਾਰੀ ਮੰਗੀ ਗਈ ਅਤੇ ਉਸ ਆਰ ਟੀ ਆਈ ਦੇ ਵਿੱਚ ਕੁਝ ਇਹੋ ਜਿਹਾ ਲਿਖਿਆ ਹੋਇਆ ਸੀ ਕਿ ਇੱਕ ਵਾਰ ਪੜ੍ਹ ਕੇ ਤਾਂ ਹੋਸ਼ ਉੱਡ ਜਾਣਗੇ, ਕਿਉਂਕਿ ਆਰ ਟੀ ਆਈ ਦੇ ਵਿੱਚ ਇਹ ਲਿਖਿਆ ਗਿਆ ਕਿ ਦਰਅਸਲ ਚਰਨਜੀਤ ਸਿੰਘ ਚੰਨੀ ਉੱਤੇ, ਸਾਬਕਾ ਮੁੱਖ ਮੰਤਰੀ ਦੇ ਉੱਤੇ ਵਿਜੀਲੈਂਸ ਵੱਲੋਂ ਕਿਸੇ ਤੌਰ ਦੀ ਕੋਈ ਐਫ ਆਈ ਆਰ ਦਰਜ ਹੀ ਨਹੀਂ ਕੀਤੀ ਗਈ। 2 ਕਰੋੜ ਦਾ ਮਾਮਲਾ ਸੀ, 2 ਕਰੋੜ ਦੀ ਰਿਸ਼ਵਤ ਮੰਗਣ ਦਾ ਮਾਮਲਾ ਸੀ, ਪਰ ਵਿਜੀਲੈਂਸ ਨੇ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ। ਆਰ ਟੀ ਆਈ ਦੇ ਵਿੱਚ ਲਿਖਿਆ ਹੋਇਆ ਕਿ ਵਿਜੀਲੈਂਸ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ ਉਸ ਕਾਰਨ ਇਸ ਮਾਮਲੇ ਨੂੰ ਲੈ ਕੇ ਹੁਣ ਨਵਾਂ ਖੁਲਾਸਾ ਹੋਇਆ। ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਨੇ ਵੱਡੇ ਖੁਲਾਸੇ ਕੀਤੇ ਸੀ, ਪ੍ਰੈਸ ਕਾਨਫਰੰਸਿਸ ਕੀਤੀਆਂ ਗਈਆਂ ਦੋਵੇਂ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਇਹ ਮਾਮਲਾ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ। ਵਿਜੀਲੈਂਸ ਨੇ ਪੁੱਛ ਪੜਤਾਲ ਵੀ ਕਰ ਲਈ, ਪਰ ਕਿਸ ਬਿਹਾਫ ਦੇ ਉੱਤੇ, ਕਿਹੜੀ ਬੁਨਿਆਦ ਦੇ ਉੱਤੇ ਪੁੱਛ ਪੜਤਾਲ ਹੋਈ ਹੈ? ਜਦ ਐਫ ਆਈ ਆਰ ਹੀ ਨਹੀਂ ਦਰਜ ਅਤੇ ਫਿਰ ਪੁੱਛ ਪੜਤਾਲ ਕਿਸ ਚੀਜ਼ ਦੀ ਹੋਈ? ਜਦ ਐਫ ਆਈ ਆਰ ਹੀ ਨਹੀਂ ਹੋਈ, ਸ਼ਿਕਾਇਤ ਹੀ ਨਹੀਂ ਹੋਈ, ਤਾਂ ਪੁੱਛ ਪੜਤਾਲ ਕਿਸ ਬਿਹਾਫ ਦੇ ਉੱਤੇ ਕੀਤੀ ਗਈ? ਕਿਸ ਬਿਹਾਫ ਦੇ ਉੱਤੇ ਜਿਹੜੀ ਵਿਜੀਲੈਂਸ ਹੈ ਉਸਨੇ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ ਅਤੇ ਸਵਾਲ ਜਵਾਬ ਕੀਤੇ? ਇਸ ਉੱਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ, ਕਿਉਂਕਿ ਇਹ ਮਾਮਲਾ ਲਗਾਤਾਰ ਭਖਦਾ ਪਿਆ ਔਰ ਆਰ ਟੀ ਆਈ ਐਕਟਿਵਿਸਟ ਨੇ ਜਿਹੜੀ ਆਰ ਟੀ ਆਈ ਪਾਈ ਹੈ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ। ਸੀਐਮ ਭਗਵੰਤ ਮਾਨ ਨੇ ਇੱਕ ਖੁਲਾਸਾ ਕੀਤਾ ਸੀ ਕਿ ਇੱਕ ਕ੍ਰਿਕਟਰ ਜਿਹੜਾ ਪੰਜਾਬ ਨਾਲ ਤਾਲੁਕ ਰੱਖਦਾ ਹੈ, ਉਸ ਦੇ ਕੋਲੋਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੀਐਮ ਰਹਿੰਦੇ ਹੋਏ ਆਪਣੇ ਭਾਣਜੇ ਦੇ ਨਾਲ ਮਿਲ ਕੇ ਅਤੇ 2 ਕਰੋੜ ਰੁਪਇਆ ਜਿਹੜਾ ਉਹ ਮੰਗਿਆ ਸੀ, 2 ਕਰੋੜ ਰੁਪਇਆ ਮੰਗਿਆ ਸੀ ਇੱਕ ਨੌਕਰੀ ਵਾਸਤੇ, ਸਰਕਾਰੀ ਨੌਕਰੀ ਵਾਸਤੇ। ਪਰ ਉਸ ਮਾਮਲੇ ਨੂੰ ਲੈ ਕੇ ਜਦੋਂ ਉਸ ਕ੍ਰਿਕਟਰ ਨੇ ਸ਼ਿਕਾਇਤ ਕੀਤੀ ਤਾਂ ਸੀਐਮ ਭਗਵੰਤ ਮਾਨ ਨੇ ਉਹ ਮਾਮਲਾ ਲੋਕਾਂ ਸਾਹਮਣੇ ਲਿਆਂਦਾ, ਵਿਜੀਲੈਂਸ ਦੇ ਵਿੱਚ ਮਾਮਲਾ ਚੱਲ ਗਿਆ। ਚਰਨਜੀਤ ਸਿੰਘ ਚੰਨੀ ਨੇ ਸਪਸ਼ਟੀਕਰਨ ਵੀ ਦਿੱਤਾ, ਪਰ ਤਾਂ ਵੀ ਵਿਜੀਲੈਂਸ ਦੇ ਕੋਲ ਪਹੁੰਚ ਗਿਆ। ਇੱਥੇ ਆ ਕੇ ਇੱਕ ਘਪਲਾ ਨਜ਼ਰ ਆਉਂਦਾ, ਇੱਥੇ ਆ ਕੇ ਇੱਕ ਯੂਟਰਨ ਹੁੰਦਾ ਨਜ਼ਰ ਆਉਂਦਾ ਕਿ ਆਖਿਰ ਐਫ ਆਈ ਆਰ ਤਾਂ ਦਰਜ ਹੀ ਨਹੀਂ ਹੋਈ ਵਿਜੀਲੈਂਸ ਦੇ ਕੋਲ। ਵਿਜੀਲੈਂਸ ਨੇ ਇਸ ਮਾਮਲੇ ਸੰਬੰਧੀ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ, ਕੋਈ ਸ਼ਿਕਾਇਤ ਦਰਜ ਨਹੀਂ ਕੀਤੀ, ਪਰ ਉਸਦੇ ਬਾਵਜੂਦ ਵੀ ਚਰਨਜੀਤ ਸਿੰਘ ਚੰਨੀ ਨੂੰ ਪੇਸ਼ੀ 'ਤੇ ਬੁਲਾ ਲਿਆ, ਸਵਾਲ ਜਵਾਬ ਕਰ ਲਏ, ਪਰ ਕਿਸ ਬੁਨਿਆਦ ਦੇ ਉੱਤੇ, ਕੀ ਗਰਾਊਂਡ ਸੀ ਉਸ ਪੁੱਛ ਪੜਤਾਲ ਦਾ? ਇਸ ਮਾਮਲੇ ਨੂੰ ਲੈ ਕੇ ਆਰ ਟੀ ਆਈ ਦੀ ਕਾਪੀ ਵੀ ਸਾਹਮਣੇ ਆਈ ਹੈ ਔਰ ਨਾਲ ਦੀ ਨਾਲ ਹੀ ਹੁਣ ਵੱਡੇ ਸਵਾਲ ਸੀਐਮ ਭਗਵੰਤ ਮਾਨ ਉੱਤੇ ਚੁੱਕੇ ਜਾ ਰਹੇ ਨੇ। ਜਿਸ ਤਰ੍ਹਾਂ ਕਾਂਗਰਸ ਦੇ ਲੀਡਰ ਪਹਿਲਾਂ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਕਾਂਗਰਸੀਆਂ ਦੇ ਨਾਲ ਕੋਈ ਕਿੜ ਕੱਢਦੀ ਪਈ ਹੈ, ਹੁਣ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੇਖਣਾ ਹੋਵੇਗਾ, ਕਿਉਂਕਿ ਐਡਾ ਵੱਡਾ ਘੁਟਾਲਾ ਜਿਹੜਾ ਬੇਨਕਾਬ ਕੀਤਾ ਸੀਐਮ ਭਗਵੰਤ ਮਾਨ ਨੇ, ਉਸ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਅਤੇ ਪੁੱਛ ਪੜਤਾਲ ਹੋ ਗਈ, ਇਸ ਉੱਤੇ ਹੁਣ ਸਵਾਲ ਖੜੇ ਹੋ ਰਹੇ ਨੇ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। Subscribe to One India channel and never miss an update.